ਰਾਜਪੁਰਾ ਦੇ ਸ਼ੰਭੂ ਨੇੜੇ ਗੁਰਦੁਆਰਾ ਸ਼ਹੀਦਗੰਜ ਪਿੰਡ ਅਲੀ ਮਾਜਰਾ ਵਿਖੇ ਰਾਜਪੂਤ ਭਾਈਚਾਰੇ ਦਾ ਇਕੱਠ ਹੋਇਆ, ਜਿਸ ਦੇ ਵਿੱਚ ਗੁਰੂ ਨਾਨਕ ਮਿਸ਼ਨ ਇੰਟਰਨੈਸ਼ਨਲ ਸੁਸਾਇਟੀ ਦੇ ਚੇਅਰਮੈਨ ਗਿਆਨੀ ਕਰਨੈਲ ਸਿੰਘ ਗਰੀਬ, SGPC ਮੈਂਬਰ ਜਥੇਦਾਰ ਸੁਰਜੀਤ ਸਿੰਘ ਗੜੀ, ਸ਼੍ਰੋਮਣੀ ਸ਼ਹੀਦ ਭਾਈ ਮਨੀ ਸਿੰਘ ਇੰਟਰਨੈਸ਼ਨਲ ਮਿਸ਼ਨ ਦੇ ਮੁੱਖ ਸੇਵਾਦਾਰ ਭਾਈ ਦਲੀਪ ਸਿੰਘ, ਬਿੱਕਰ ਸਿੰਘ, ਬਾਬਾ ਮਨਮੋਹਨ ਸਿੰਘ ਬਾਰਨ ਵਾਲਿਆਂ ਸਮੇਤ ਰਾਜਪੂਤ ਭਾਈਚਾਰੇ ਦੇ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਆਗੂ ਮੌਜੂਦ ਸਨ। ਇਕੱਠ ਦੇ ਵਿੱਚ ਬਿਸ਼ਪ ਸਿੱਖ ਭਾਈਚਾਰੇ ਨੂੰ 21 ਦਸੰਬਰ ਸਤਪੋਹ ਨੂੰ ਗੁਰਦੁਆਰਾ ਪੱਠਾ ਸਾਹਿਬ ਦੇ ਨੇੜੇ ਕੋਟਲਾ ਨਿਹੰਗ ਖਾਨ ਵਿਖੇ ਸਿੱਖ ਕੌਮ ਦੇ ਮਹਾਨ ਸ਼ਹੀਦ ਬਾਬਾ ਬਚਿੱਤਰ ਸਿੰਘ ਜੀ ਦਾ ਸ਼ਹੀਦੀ ਦਿਹਾੜੇ ਮੌਕੇ ਪਹੁੰਚਣ ਦੀ ਅਪੀਲ ਕੀਤੀ ਗਈ ਅਤੇ ਉਹਨਾਂ ਕਿਹਾ ਕਿ ਹਰ ਸਾਲ ਦੀ ਤਰ੍ਹਾਂ ਇਸ ਦਿਨ ਵੀ ਇਹ ਸ਼ਹੀਦੀ ਦਿਹਾੜਾ ਬੜੀ ਧੂਮਧਾਮ ਦੇ ਨਾਲ ਮਨਾਇਆ ਜਾਵੇਗਾ। ਰਾਜਪੁਰਾ ਤੋਂ ਕੈਮਰਾਮੈਨ ਅਭਿਸ਼ੇਕ ਸੂਦ ਦੇ ਨਾਲ ਭਾਰਤ ਸੂਦ, ਆਜ਼ਾਦ ਟੀਵੀ ਨਿਊਜ਼। 21 ਦਸੰਬਰ ਨੂੰ ਜੋ ਸ਼ਹੀਦ ਭਾਈ ਬਚਿੱਤਰ ਸਿੰਘ ਦਾ ਸਥਾਨ ਕੋਟਲਾ ਨਿਹੰਗ ਖਾਂ ਹੈ, ਉੱਥੇ ਜਿਹੜਾ ਅਗਲੇ ਪ੍ਰੋਗਰਾਮ ਅਨਾਊਂਸਮੈਂਟ ਕੀਤੇ ਜਾਣਗੇ ਕਿ ਸ਼ਹੀਦ ਭਾਈ ਮਨੀ ਸਿੰਘ ਦੇ ਪਰਿਵਾਰ ਦਾ ਨਗਰ ਕੀਰਤਨ ਪੂਰੇ ਪੰਜਾਬ ਵਿੱਚ ਕਿਵੇਂ ਲੈ ਕੇ ਜਾਣਾ, ਕੀ ਰੂਪਰੇਖਾ ਹੋਏਗੀ। ਸੋ ਇਹ ਇੱਕ ਵਾਰ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ, ਜਿੰਨੇ ਵੀ ਗੁਰਮੁਖ ਪਿਆਰੇ ਇੱਥੇ ਪਹੁੰਚੇ ਨੇ, ਕਿਹਨਾਂ ਕਿਹਨਾਂ ਦਾ ਨਾਮ ਲਈਏ, ਬਹੁਤ ਸਾਰੇ ਪਹੁੰਚੇ ਨੇ, ਸਾਰਿਆਂ ਦਾ ਬਹੁਤ ਧੰਨਵਾਦ। ਬਹੁਤ ਹੀ ਸਤਿਕਾਰਯੋਗ ਸਿੰਘ ਸਾਹਿਬ ਜਥੇਦਾਰ ਬਾਬਾ ਬਲਵੀਰ ਸਿੰਘ ਜੀ, 96 ਕਰੋੜੀ ਮੁਖੀ ਬੁੱਢਾ ਦਲ, ਉਹਨਾਂ ਵੱਲੋਂ ਖਾਸ ਕਰਕੇ ਇਹ ਆਖਿਆ ਗਿਆ ਕਿ ਜਿੱਥੇ ਵੀ ਸ਼ਹੀਦਾਂ ਦੇ ਸਮਾਗਮਾਂ ਵਿੱਚ ਸਾਡੀ ਲੋੜ ਪਵੇ, ਬਾਬਾ ਜੱਸਾ ਸਿੰਘ ਜੀ ਉਹਨਾਂ ਦੇ PA ਇੱਥੇ ਪਹੁੰਚੇ ਹੋਏ ਨੇ, ਜਦੋਂ ਵੀ ਕਿਤੇ ਲੋੜ ਪਵੇ, ਬੁੱਢਾ ਦਲ ਹਰ ਸਮੇਂ ਸ਼ਹੀਦਾਂ ਦੇ ਯਾਦਗਾਰ ਮਨਾਉਣ ਵਾਸਤੇ ਤਿਆਰ ਬਰਤਿਆਰ ਨਾਲ ਖੜ੍ਹਾ। ਔਰ ਭਾਈਚਾਰੇ ਵੱਲੋਂ, ਸਾਰੇ ਰਾਜਪੂਤ ਭਾਈਚਾਰੇ ਵੱਲੋਂ ਫੈਸਲਾ ਕੀਤਾ ਗਿਆ ਕਿ 21 ਦਸੰਬਰ ਸਤਪੋਹ ਨੂੰ ਜੋ ਗੁਰਦੁਆਰਾ ਪੱਠਾ ਸਾਹਿਬ ਦੇ ਨੇੜੇ ਉਸ ਮਹਾਨ ਸ਼ਹੀਦ ਬਾਬਾ ਬਚਿੱਤਰ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਕੋਟਲਾ ਨਿਹੰਗ ਖਾਂ ਦੇ ਪਵਿੱਤਰ ਅਸਥਾਨ 'ਤੇ ਹਰ ਸਾਲ ਦੀ ਤਰ੍ਹਾਂ ਹੁੰਮ ਹੁਮਾ ਕੇ ਮਨਾਉਣਾ। ਔਰ ਅੱਜ ਮੀਟਿੰਗ ਕਰਕੇ ਜਿੱਥੇ ਸਾਰੇ ਪਿੰਡਾਂ ਦੇ ਵਿੱਚੋਂ ਰਾਜਪੂਤ ਭਾਈਚਾਰੇ ਦੇ ਸੱਜਣ ਪਹੁੰਚੇ ਨੇ, ਔਰ ਬੜੇ ਵਿਚਾਰ ਵਟਾਂਦਰਿਆਂ ਤੋਂ ਬਾਅਦ ਫੈਸਲਾ ਕੀਤਾ ਗਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਉਸ ਨਾਲੋਂ ਵੀ ਵੱਧ ਸਮੁੱਚੇ ਪੰਜਾਬ ਤੋਂ ਰਾਜਪੂਤ ਭਾਈਚਾਰੇ ਦੇ ਲੋਕ ਅਤੇ ਬਾਕੀ ਜੋ ਸੰਗਤਾਂ ਨੇ ਉਹਨਾਂ ਨੂੰ ਵੀ ਸਾਰਿਆਂ ਨੂੰ ਬੇਨਤੀ ਕੀਤੀ ਹੈ ਕਿ ਹੁੰਮ ਹੁਮਾ ਕੇ ਪਹੁੰਚੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਦਲੀਪ ਸਿੰਘ ਬਿੱਕਰ, ਸ਼੍ਰੋਮਣੀ ਸ਼ਹੀਦ ਭਾਈ ਮਨੀ ਸਿੰਘ ਇੰਟਰਨੈਸ਼ਨਲ ਮਿਸ਼ਨ। ਅੱਜ ਸ਼ਹੀਦਗੰਜ ਸਮੁੱਚੇ ਰਾਜਪੂਤ ਭਾਈਚਾਰੇ ਦਾ ਇਕੱਤਰ ਹੋਇਆ ਇਕੱਠ। ਇਕੱਠ ਵਿੱਚ ਕਈ ਅਹਿਮ ਫੈਸਲੇ ਲੈ ਗਏ ਵੀ ਸ਼ਹੀਦ ਭਾਈ ਮਨੀ ਸਿੰਘ ਦੇ ਸਪੁੱਤਰ ਬਾਬਾ ਬਚਿੱਤਰ ਸਿੰਘ ਦਾ ਜੋ 21 ਦਸੰਬਰ ਨੂੰ ਸ਼ਹੀਦੀ ਦਿਨ ਆ ਰਿਹਾ, ਉਹ ਬੜੇ ਉਤਸ਼ਾਹ ਅਤੇ ਸ਼ਰਧਾ ਅਤੇ ਭਾਵਨਾ ਪੰਜਾਬ ਪੱਧਰ 'ਤੇ ਸੰਗਤਾਂ ਨੂੰ ਅਪੀਲ ਕੀਤੀ ਹੈ, ਸਮੁੱਚੇ ਰਾਜਪੂਤ ਭਾਈਚਾਰੇ ਨੂੰ ਅਤੇ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਨੂੰ ਵੀ ਹੁੰਮ ਹੁਮਾ ਕੇ ਕੋਟਲਾ ਨਿਹੰਗ ਖਾਂ ਰੋਪੜ ਪੁੱਜੋ ਕਿ ਅੱਜ ਗੁਰਦੁਆਰਾ ਸ਼ਹੀਦਗੰਜ ਸਾਹਿਬ ਵਿਖੇ ਜੋ ਇਕੱਠ ਹੈ, ਇਸ ਇਕੱਠ ਦਾ ਮਨੋਰਥ ਹੈ ਆਓ ਕੋਟਲਾ ਨਿਹੰਗ ਖਾਂ ਬਾਬਾ ਬਚਿੱਤਰ ਸਿੰਘ ਗੁਰਦੁਆਰਾ ਸਾਹਿਬ ਵਿਖੇ 21 ਦਸੰਬਰ ਨੂੰ ਹੋਣ ਵਾਲੇ ਮਹਾਨ ਯੱਗ ਔਰ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਨ ਵਾਸਤੇ ਅਸੀਂ ਕਾਫਲਿਆਂ ਦੇ ਰੂਪ 'ਚ ਚੱਲੀਏ। ਪਦਮਾਵਤੀ ਫਿਲਮ ਦੇ ਉੱਤੇ ਜਿਹੜਾ ਰੌਲਾ ਚੱਲ ਰਿਹਾ ਹੈ ਉਹਦੇ ਬਾਰੇ ਅਸੀਂ ਪਹਿਲਾਂ ਵੀ ਕਿਹਾ ਹੈ ਕਿ ਸਿੱਖ ਰਾਜਪੂਤਾਂ ਦੀ ਇਸ ਧੀ ਨੂੰ ਲੈ ਕੇ ਜਿਹੜੇ ਬੰਸਾਲੀ ਵਰਗੇ
ਕੇਵਲ ਨੋਟਾਂ ਦੀ ਖਾਤਰ ਅਤੇ ਪੈਸਿਆਂ ਦੀ ਖਾਤਰ ਇਸ ਫਿਲਮ ਇੰਡਸਟਰੀ ਦੇ ਅੰਦਰ ਜਾ ਕੇ ਇੱਕ ਐਸਾ ਕਿਰਦਾਰ ਔਰ ਕਰੈਕਟਰ ਨੂੰ ਚਮਕਾ ਕੇ ਉਸ ਨੂੰ ਬਦਤਮੀਜ਼ ਬਣਾ ਕੇ ਪੇਸ਼ ਕਰਨ ਦਾ ਯਤਨ ਕਰ ਰਹੇ ਹਨ। ਅਸੀਂ ਉਹਦੇ ਸਖਤ ਵਿਰੋਧ ਕਰਦੇ ਹਾਂ ਔਰ ਪੰਜਾਬ ਦੇ ਅੰਦਰ ਉਹ ਫਿਲਮ ਕਦੀ ਲੱਗਣ ਨਹੀਂ ਦਿਆਂਗੇ।